ਉਦਯੋਗਿਕ ਖੇਤਰ ਨਾਲਾਗੜ੍ਹ ਵਿੱਚ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਥੰਮਣ ਦਾ ਨਾਮ ਨਹੀਂ ਲੈ ਰਹੀਆਂ ਨੇ। ਅਪਰਾਧੀ ਬੇਰੋਕ ਘਟਨਾਵਾਂ ਨੂੰ ਅੰਜਾਮ ਦੇ ਕੇ ਗੁਆਂਢੀ ਰਾਜਾਂ ਵੱਲ ਭੱਜਣ ਵਿੱਚ ਕਾਮਯਾਬ ਹੋ ਜਾਂਦੇ ਨੇ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਨਾਲਾਗੜ੍ਹ ਰੋਪੜ ਰੋਡ ਤੇ ਸਥਿਤ ਚੌਂਕੀ ਵਾਲਾ ਵਿੱਚ ਏਟੀਐਮ ਤੋੜਨ ਦੀ ਘਟਨਾ ਦੀ, ਜਿੱਥੇ ਸੈਂਟਰਲ ਬੈਂਕ ਦੇ ਏਟੀਐਮ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਚੋਰ ਏਟੀਐਮ ਤੋੜ ਵਿੱਚ ਕਾਮਯਾਬ ਵੀ ਹੋ ਗਏ ਸਨ, ਪਰ ਪੁਲਿਸ ਦੀ ਗਸ਼ਤ ਦੇ ਕੇ ਚੋਰ ਉੱਥੋਂ ਫਰਾਰ ਹੋ ਗਏ। ਚੋਰਾਂ ਦੀ ਗਿਣਤੀ 4 ਤੋਂ 5 ਦੇ ਕਰੀਬ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਇੱਕ ਚੋਰ ਕਾਬੂ ਕਰ ਲਿਆ ਗਿਆ, ਜਦਕਿ ਦੂਸਰੇ ਫਰਾਰ ਹੋਣ ਵਿੱਚ ਕਾਮਯਾਬ ਰਹੇ। ਇਹ ਗਿਰੋਹ ਪਹਿਲਾਂ ਵੀ 4 ਏਟੀਐਮ ਲੁੱਟ ਚੁੱਕੇ ਨੇ, ਜਿਨ੍ਹਾਂ ਦੀ ਪੁਲਿਸ ਵੱਲੋਂ ਤਲਾਸ਼ੀ ਜਾ ਰਹੀ ਹੈ।